किसान आंदोलन 2.0 के 200 दिन पूरे होने पर शंभू और खनोरी बोजो पर किसान महापंचायत का आयोजन किया जा रहा है। शंभू बोजो पर पहलवान विनेश फोगाट का सम्मान किया गया। फोगाट ने कहा, किसान 200 दिन से यहां पर बैठे हैं, यह देखकर दुख होता है कि वे सभी इस देश के नागरिक हैं। किसान देश को चलाते हैं, उनके बिना कुछ भी संभव नहीं, एथलीट भी नहीं। अगर वे हमें खाना नहीं खिलाएंगे तो हम प्रतिस्पर्धा नहीं कर पाएंगे। कई बार हम असहाय होते हैं और कुछ नहीं कर पाते। हम इतने बड़े स्तर पर देश का प्रतिनिधित्व करते हैं, लेकिन हम अपने परिवार के लिए कुछ नहीं कर पाते। भले ही हम उन्हें दुखी देखते हूँ, मैं सरकार से आग्रह करती हूँ कि उन्हें सुनना चाहिए। उन्होंने पिछली बार अपनी गलती स्वीकार की थी, उन्होंने अपने वादे पूरे करने चाहिए। अगर लोग इस तरह सड़कों पर बैठे रहेंगे तो देश आगे नहीं बढ़ेगा। ਹਜ਼ਾਰਾਂ ਦੀ ਗਿਣਤੀ ਚ ਕਿਸਾਨ ਪਹੁੰਚੇ ਹੋਏ ਨੇ, ਲੇਕਿਨ ਲੋਕ ਕਹਿੰਦੇ ਨੇ ਵੀ ਕਿਸਾਨਾਂ ਦੀ ਜਿਹੜੀ ਹੈਗੀ ਗਿਣਤੀ ਘੱਟ ਗਈ, ਕੀ ਕਹਿਣਾ ਚਾਹੁੰਦੇ? ਨਹੀਂ ਨਹੀਂ, ਉਹ ਜਿਹੜੇ ਵੀ ਕਹਿ ਰਹੇ ਆ ਕਿਸਾਨਾਂ ਦੀ ਗਿਣਤੀ ਘੱਟ ਗਈ, ਉਹਨਾਂ ਨੂੰ ਸਮਝ ਹੋਣੀ ਚਾਹੀਦੀ ਹੈ ਖੇਤੀਬਾੜੀ ਦੀ। ਇਹ ਬਹੁਤ ਜ਼ਿਆਦਾ ਕੰਮ ਦਾ ਸੀਜ਼ਨ ਹੁੰਦਾ, ਸੋ ਬਾਰੀ ਨਾਲ ਲੁੱਟੀ ਆ ਰਹੇ ਆ। ਪਰ ਆਹ ਦੇਖੋ ਸਾਰਾ ਇਕੱਠ, ਅੱਜ ਪੰਡਾਲ ਆ ਜਿਹੜਾ ਸਾਡਾ ਛੋਟਾ ਪੈ ਚੁੱਕਿਆ, ਪ੍ਰਬੰਧ ਛੋਟੇ ਪੈ ਚੁੱਕਿਆ, ਤੇ ਹਲੇ ਪ੍ਰੋਗਰਾਮ ਸ਼ੁਰੂ ਹੋਇਆ। ਉਹਨਾਂ ਨੇ ਪੁੱਛਤਾਛ ਤਾਂ ਨਹੀਂ ਕੋਈ ਖਾਸ ਕੀਤੀ, ਉਹਨਾਂ ਨੇ ਤਲਾਸ਼ੀ ਲਈ ਘਰ ਦੀ ਬਹੁਤ ਬਰੀਕੀ ਨਾਲ, ਪਰ ਉਹਨਾਂ ਨੂੰ ਕੁਛ ਮਿਲਿਆ ਨਹੀਂ। ਸੋ ਸਾਡੇ ਬੈਂਕ ਅਕਾਊਂਟਸ ਦੀਆਂ ਉਹ ਫੋਟੋਆਂ ਲੈ ਕੇ ਗਏ ਨੇ, ਫੋਟੋ ਕਾਪੀਆਂ ਪੁਰਅਮਨ ਢੰਗ ਨਾਲ ਅੰਦੋਲਨ ਕੀਤਾ ਕਿਸਾਨਾਂ ਮਜ਼ਦੂਰਾਂ ਨੇ, ਇਹ ਬਹੁਤ ਵੱਡੀ ਪ੍ਰਾਪਤੀ ਆ। ਇਸ ਅਰਸੇ ਦੌਰਾਨ ਕੇਂਦਰ ਨੇ ਅਰਧ ਸੈਨਿਕ ਫੋਰਸਾਂ ਰਾਹੀਂ ਸਾਡੇ 'ਤੇ ਡਰੋਨ ਰਾਹੀਂ ਸ਼ੈਲਿੰਗ ਕੀਤੀ। ਸ਼ਹੀਦ ਸੁਭਕਰਨ ਸ਼ਹੀਦ ਹੋਇਆ, 433 ਜ਼ਖਮੀ ਹੋਏ, ਠੀਕ ਹੈ ਜੀ, ਔਰ ਬੜੇ ਜ਼ਬਰ ਹੋਏ ਸ਼ਬਦੀ ਹਮਲੇ RSS ਦੇ, ਕੰਗਨਾ ਰਾਵਤ ਦੇ, ਭਾਜਪਾ ਦੇ, ਖਾਲਿਸਤਾਨੀ ਕਹਿਣਾ, NIA ਦੇ ਛਾਪੇ। ਇਹਦੋਂ ਗਾਹਾਂ ਇੱਥੇ ਸਰਦੀਆਂ, ਗਰਮੀਆਂ, ਬਰਸਾਤਾਂ, ਸਭ ਕੁਝ ਅਸੀਂ ਸਿਆ, ਪਰ ਇਹਦੇ ਬਾਵਜੂਦ ਚੜ੍ਹਦੀ ਕਲਾ ਜਿਹਾ 200 ਦਿਨ ਦੇ ਵਿੱਚ ਅੰਦੋਲਨ, ਹਾਲੇ 12 ਤੋਂ ਪਲੱਸ ਹੋਇਆ ਟਾਈਮ, ਤੁਸੀਂ ਗਿਣਤੀ ਦੇਖ ਰਹੇ ਹੋ, 1:30 ਵਜੇ ਇੱਥੇ ਲੱਖਾਂ ਦਾ ਇਕੱਠ ਤੁਹਾਨੂੰ ਨਜ਼ਰ ਆਊਗਾ। ਲੋਕਾਂ ਦੀ ਅਥਾਹ ਜਿਹੜੀ ਸਮਰਥਨ ਹੈ ਅੱਜ ਵੀ ਵੱਧ ਰਿਹਾ ਸਾਨੂੰ, ਤੋ ਬਾਈ ਜਿੰਨੀ ਦੇਰ ਤੱਕ